ਹਾਂਜੀ ਕਿਉਂ ਆਈ ਇੱਥੇ ਮੋਬਾਈਲਾਂ 'ਤੇ? ਸਰ ਐਮ ਅਨੀਕੇਤ ਮੋਬਾਈਲ ਗੈਲਰੀ ਤੋਂ ਬੋਲ ਰਹੀ ਹਾਂ ਮੈਂ। ਇੱਥੇ ਦੋ ਲੜਕੇ ਆਏ ਆ ਸਰਦਾਰ, ਕਾਫੀ ਵਧੀਆ ਜੈਂਟਲਮੈਨ ਸੀ। ਇੱਕ ਨੇ ਉਹਨਾਂ ਵਿੱਚੋਂ ਗਾਤਰਾ ਵੀ ਪਾਇਆ ਹੋਇਆ ਸੀ। ਆ ਕੇ ਕਹਿ ਰਹੇ ਕਿ 10-12 ਹਜ਼ਾਰ ਦੀ ਰੇਂਜ ਤੱਕ ਫੋਨ ਦਿਖਾਓ। ਠੀਕ ਹੈ ਜੀ, ਅਸੀਂ ਉਹਨਾਂ ਨੂੰ ਫੋਨ ਦਿਖਾਉਣਾ ਸ਼ੁਰੂ ਕਰ ਦਿੱਤਾ। 4-5 ਫੋਨ ਦਿਖਾਏ ਆ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਜੀ ਕਿ ਸੰਦੇ ਸਾਡੇ ਕੋਲ ਨਾ ਆਪਾਂ ਹੋਰ ਕੋਈ ਫੋਨ ਦੇਖਣਾ ਆ। ਉਸੇ ਟਾਈਮ ਚਲੇ ਗਏ। ਜਦੋਂ ਆਪਾਂ ਬਾਅਦ ਵਿੱਚ ਬਾਕਸ ਪੈਕ ਕਰਨ ਲੱਗੇ ਤਾਂ ਦੇਖਿਆ ਕਿ ਉਹਨਾਂ ਵਿੱਚ ਇੱਕ ਫੋਨ ਨਹੀਂ ਸੀ ਹੈਗਾ। ਫਿਰ ਜਦੋਂ ਅਸੀਂ ਆਪਣੇ ਦੁਬਾਰਾ ਕੈਮਰੇ ਚੈੱਕ ਕੀਤੇ ਆ, ਉਹਨਾਂ ਵਿੱਚ ਸਾਨੂੰ ਪਤਾ ਚੱਲਿਆ ਕਿ ਉਹਨਾਂ ਵਿੱਚ ਜਿਹੜਾ ਇੱਕ ਸਰਦਾਰ ਲੜਕਾ ਸੀ, ਉਹਨੇ ਉਹ ਆਪਣਾ ਫੋਨ ਇੱਕ ਜੇਬ ਵਿੱਚ ਪਾ ਲਿਆ ਸੀ। ਉਹ ਔਰ ਦੋ ਲੜਕੇ ਸੀ, ਇੱਕ ਨੇ ਯੈਲੋ ਟਰਬਨ ਪਹਿਨੀ ਹੋਈ ਸੀ, ਇੱਕ ਨੇ ਔਰੇਂਜ ਕਲਰ ਦੀ। ਜਿਹੜੇ ਔਰੇਂਜ ਕਲਰ ਦੇ ਟਰਬਨ ਪਹਿਨੀ ਹੋਈ ਆ, ਉਸ ਲੜਕੇ ਨੇ ਫੋਨ ਹੌਲੀ ਜਿਹੀ ਜੇਬ ਵਿੱਚ ਪਾ ਲਿਆ। ਕਿਹੜਾ ਮੋਬਾਈਲ ਸੀ, ਕਿਹੜੀ ਕੰਪਨੀ ਦਾ? ਸਰ ਵੀਵੋ ਦਾ ਮੋਬਾਈਲ ਹੈਗਾ ਸੀ, 10 ਹਜ਼ਾਰ ਦੀ ਰੇਂਜ ਵਿੱਚ ਫੋਨ ਹੈਗਾ ਸੀ, ਨਵਾਂ ਮਾਡਲ ਆਇਆ ਹੈ। ਸੀਸੀਟੀਵੀ ਵੀਡੀਓ ਜੇ ਦੇਖਿਆ ਤੁਸੀਂ? ਹਾਂਜੀ ਸਰ, ਉਹਨਾਂ ਦੀ ਆਪਾਂ ਫੋਟੋ ਦੇਖੀਆਂ ਸਾਰੀਆਂ। ਵੀਡੀਓ ਵਿੱਚ ਵੀ ਸਾਡੇ ਕੋਲ ਕਲੀਅਰ ਆ ਰਿਹਾ, ਲੜਕਿਆਂ ਦੀ ਦੋਨਾਂ ਦੀ ਸ਼ਕਲਾਂ ਵੀ ਕਲੀਅਰ ਹੈ, ਔਰ ਉਹਨਾਂ ਨੇ ਫੋਨ ਜਦੋਂ ਜੇਬ ਵਿੱਚ ਪਾਇਆ ਉਹ ਵੀ ਕਲੀਅਰ ਹੋ ਗਿਆ। ਤਾਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੁਸੀਂ? ਹਾਂਜੀ। ਕੀ ਮੰਗ ਕਰਦੇ ਹੋ ਜੀ? ਸਰ ਦੇਖੋ, ਇਹੋ ਜਿਹੀਆਂ ਵਾਰਦਾਤਾਂ ਰੋਜ਼ ਹੋ ਰਹੀਆਂ। ਆਏ ਦਿਨ ਕੋਈ ਨਾ ਕੋਈ ਕਹਿ ਰਿਹਾ ਕਿ ਇੱਥੇ ਫੋਨ ਚੋਰੀ ਹੋ ਰਿਹਾ ਜਾਂ ਕੋਈ ਸਨੈਚਿੰਗ ਹੋ ਰਹੀ ਆ, ਪਰ ਪਤਾ ਨਹੀਂ ਸਾਡਾ ਜਿਹੜਾ ਕਿਸ ਤਰ੍ਹਾਂ ਇਹ ਚੀਜ਼ਾਂ ਹੋ ਰਹੀਆਂ ਆ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਸ਼ਰੇਆਮ ਇੱਕ ਦੁਕਾਨ ਤੋਂ ਲੜਕੇ ਆ ਰਿਹਾ, ਕੈਮਰੇ ਲੱਗੇ ਹੋਏ ਆ, ਉਹਨਾਂ ਦੀ ਹਾਜ਼ਰੀ ਵਿੱਚ ਫੋਨ ਚੁੱਕ ਕੇ ਲੈ ਕੇ ਜਾ ਰਹੇ ਆ। ਤੁਸੀਂ ਦੇਖੋ ਕਿ ਆਮ ਜਨਤਾ ਦਾ ਕੀ ਹੋ ਸਕਦਾ ਫਿਰ, ਜਿਹੜੇ ਕਿ ਨੋਰਮਲ ਸੜਕਾਂ 'ਤੇ ਜਾ ਰਹੇ ਆ। ਇਹ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਕਿ ਅਨੀਕੇਤ ਟੈਲੀਕੋਮ ਹੁਸੈਨਪੁਰਾ ਚੌਂਕ ਦੇ ਵਿੱਚ ਕੋਈ ਟੈਲੀਫੋਨ ਵਾਲੀ ਦੁਕਾਨ ਹੈ, ਉਹਦੇ ਉੱਤੇ ਦੋ ਮੁੰਡੇ ਆਏ ਨੇ ਸਰਦਾਰ। ਉਹਨਾਂ ਨੇ ਆ ਕੇ ਫੋਨ ਵੇਚਦਿਆਂ ਵਿੱਚੋਂ ਇੱਕ ਫੋਨ ਚੋਰੀ ਕਰ ਲਿਆ, ਅਤੇ ਉਹਦੇ ਬਾਰੇ ਫੁਟੇਜ ਦੇਖੀ ਹੈ। ਉਹਨਾਂ ਦੀ ਪਛਾਣ ਕਰਕੇ ਕਾਰਵਾਈ ਕਰਾਂਗੇ, ਪਛਾਣ ਕੀਤੀ ਜਾ ਰਹੀ ਹੈ, ਜੋ ਕਾਰਵਾਈ ਬਣੇਗੀ ਕਾਰਵਾਈ ਕਰਾਂਗੇ।